ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਦੂਰ ਵਿਦਾਰਿਓ ਚਤੁਰ ਦਿਸ਼ਾ ਕੀਨੋ ਬਲਿਆਪਨ ਸਿਰ ਉੱਪਰ ਕਰ ਧਾਰਿਓ ਕਟਾਖਿਆ ਦਾ ਮਤਲਬ ਹੁੰਦਾ ਹੈ ਟੇਢੀ ਨਿਗਾਹ ਦੇ ਨਾਲ ਦੇਖਦਾ ਹੈ
ਜੇ ਕਿਸੇ ਨਜ਼ਰ ਕਰ ਦਿੱਤੀ ਉਹ ਤਾਂ ਬਾਕੀ ਸੋਹਣੀ ਹੈ, ਕਿਸੇ ਨਾਲ ਤੁਰੇ ਜਾਂਦੇ ਕਿਹੜੀ ਨਿਗਾਹ ਨਾਲ ਗੁਰੂ ਦੀ ਕਿਰਪਾ ਹੋ ਜਾਵੇ ਨਾ। ਅਵਲੋਕਨ ਕੀਨੋ ਦਾਸ ਦਾ ਦੁੱਖ ਵਿਦਾਰੇ, ਅਵਲੋਕਨ ਦਾ ਮਤਲਬ ਦੇਖਣਾ, ਕਟਾਕਸ਼ ਦਾ ਮਤਲਬ ਟੇਢੀ ਨਿਗਾਹ ਨਾਲ ਵੀ ਜੇ ਦੇਖ ਲਵੇ ਤਾਂ ਦਾਸਾਂ ਦੇ ਦੁੱਖਾਂ ਦੇ ਦੁੱਖਾਂ ਦੇ ਢੇਰ ਸਮਾਪਤ ਕਰ ਦਿੰਦੇ। ਕਿਹੜਾ ਵੱਡਾ ਬਲ ਵਾਸਗੁਰੂ ਦੇ ਅੰਦਰ ਹੈ ਜਿਹਨੇ ਹੰਕਾਰ ਛੱਡ ਕੇ ਸਤਿਗੁਰੂ ਦੀ ਸ਼ਰਨ ਲਈ ਹੈ। ਅਤੇ ਅੱਗੋਂ ਸਿੱਖ ਪੁੱਤਰ ਨੇ ਵੀ ਮਹਾਰਾਜ ਜੀ ਕਿੰਨਾ ਕਿਸਾਨ ਮਿਲਦਾ ਹੈ ਗੁਰੂ ਕੋਲੋਂ, ਕਿੰਨਿਆਂ ਨੂੰ ਮਿਲਦਾ ਹੈ, ਇੱਕ ਨੂੰ, ਦੋ ਨੂੰ, ਕਰੋੜਾਂ ਨੂੰ। ਤਾਂ ਅੱਗੋਂ ਗੁਰੂ ਅਰਜਨ ਸਾਹਿਬ ਬੇੜਾ ਕਰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਪਿਆਰਿਆ ਹੈ। ਅਤੇ ਇੱਕ ਦੀ ਗੱਲ ਨਹੀਂ, ਦੋ ਦੀ ਗੱਲ ਨਹੀਂ, ਸਾਰੀ ਧਰਤੀ ਦੇ ਮਨੁੱਖ ਬਿਨਾਂ ਕਿਸੇ ਧਰਮ ਤੋਂ ਸ਼ਰਨ ਆ ਜਾਣ, ਹੱਥ ਜੋੜ ਕੇ ਖੜ ਜਾਣ, ਸਾਰਿਆਂ ਦੀਆਂ ਮਨਾਂ ਕਾਮਨਾ ਪੂਰੀਆਂ ਕਰਨ ਦੇ ਸਮਰੱਥ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਠਾਕੁਰ ਕਿਤੇ ਥੋੜ੍ਹੇ ਬਲ ਵਾਲਾ, ਗੁਰੂ ਕਿਤੇ ਥੋੜ੍ਹੇ ਬਲ ਵਾਲਾ, ਜੋ ਮੰਗਦਾ ਹੈ ਸਾਰਿਆਂ ਦੀਆਂ ਮਨਾਂ ਕਾਮਨਾ ਪੂਰੀਆਂ ਕਰਨ ਵਾਲਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਗੁਰੂ ਕਹਿੰਦੇ ਹਨ ਜੇ ਸਾਰੀ ਦੁਨੀਆਂ ਹੰਕਾਰ ਛੱਡ ਦੇਵੇ ਤਾਂ ਬਾਬਾ ਨਾਨਕ ਸਤਿਗੁਰੂ ਜੀ ਕਹਿੰਦੇ ਨੇ ਸਗਲੀ ਧਰਤੀ ਸੱਕਰ ਹੋਵੇ, ਸੁੰਮ ਹੋਵੇ, ਦੁੱਧ ਘੀਓ, ਸਾਰੀ ਧਰਤੀ ਮਿੱਠੇ ਦੀ ਬਣ ਜਾਵੇ, ਜਿੰਨੇ ਸੋਮੇ ਨੇ ਦੁੱਧ ਦੇ ਬਣ ਜਾਣਗੇ। ਕੋਈ ਆਸਾ ਰੱਖ ਕੇ ਤਾਂ ਦੇਖੇ, ਕੋਈ ਹੰਕਾਰ ਛੱਡ ਕੇ ਸ਼ਰਨ ਆਵੇ ਤਾਂ ਸਹੀ, ਸਾਰੇ ਪਦਾਰਥ ਧਰਤੀ ਪੈਦਾ ਕਰੇ, ਕਿਸੇ ਚੀਜ਼ ਦਾ ਘਾਟਾ ਨਹੀਂ ਹੋਵੇਗਾ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਮਨ ਸੱਚ ਹੋਵੇ। ਤੇ ਅੱਗੋਂ ਸਤਿਗੁਰੂ ਗਵਾਹੀ ਭਰਦੇ ਨੇ, ਨਾਨਕ ਦਾਸ ਦਾਸ ਨਾਨਕ ਦਾਸ ਬਣ ਕੇ ਜੋ ਬੋਲਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਿਹਰ ਕਰ ਰਹੇ ਹਨ ਕਿ ਭਾਈ ਗਵਾਹ ਬਣ ਗਏ ਸੀ, ਇਹ ਦਰਸਾਉਂਦੇ ਹਨ ਜੋ ਮੁਖ ਤੇ ਜੋ ਬੋਲਿਆ ਇਹਨਾਂ ਮਨ ਸੱਚ ਹੋਵੇ। ਜੋ ਵਚਨ ਬੋਲ ਦਿੱਤਾ ਹੈ ਉਹ ਇਸ ਧਰਤੀ ਦੇ ਉੱਤੇ ਵੀ ਤੇ ਪਰਲੋਕ ਦੇ ਵਿੱਚ ਦੋਵੇਂ ਥਾਈਂ ਥੰਮ ਬਦਲ ਸੱਚ ਹੋ ਗਏ। ਜਿਵੇਂ ਥੰਮਾ ਜਿਹੜਾ ਗੱਡਿਆ ਜਾਂਦਾ ਹੈ ਸੱਚ ਦਾ, ਉਹਨੂੰ ਕੋਈ ਇਸ ਧਰਤੀ 'ਤੇ ਹਿਲਾ ਨਹੀਂ ਸਕਦਾ, ਨਾ ਪਰਲੋਕ ਵਿੱਚ ਹਿਲਾ ਸਕਦਾ। ਗੁਰੂ ਕਾ ਥੰਮਾ ਗੱਡਿਆ ਹੋਇਆ ਸੱਚ ਰੂਪ, ਇਹ ਇਸ ਧਰਤੀ ਦੇ ਉੱਤੇ ਵੀ ਵਚਨ ਸੱਚ ਹੋਣਗੇ, ਅਗਲੇ ਪਰਲੋਕ ਦੇ ਵਿੱਚ ਵੀ ਸੱਚੇ ਹੋਣਗੇ। ਜਿਹਨੇ ਆਸਰਾ ਲਿਆ ਵਚਨਾਂ ਦਾ ਦੋਵੇਂ ਥਾਈਂ ਸਤਿਗੁਰੂ ਦਾ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਨ ਸ਼ਹੀਦ ਸ਼ਹੀਦਾਂ ਦੇ ਸ਼੍ਰੋਮਣੀ ਅੱਧੀ ਤੋਂ ਵੱਧ ਸਤਿਗੁਰੂ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਜਨ ਦੇਵ ਮਹਾਰਾਜ ਜੀ ਪ੍ਰਾਪਤ ਕੀਤੀ ਹੈ, ਉਹਨਾਂ ਗੁਰਸੰਤਰਾਂ ਦੇ ਵਪਾਰ ਵਿੱਚੋਂ ਆਪ ਜੀ ਨੇ ਵਚਨ ਸਰਵਣ ਕੀਤੇ ਹਨ। ਸੰਤਰਾਂ ਦੇ ਅੱਗੇ ਅਰਦਾਸ ਕਰੀਏ ਇਹ ਵਚਨ ਸਾਨੂੰ ਕਮਾਉਣ ਲਈ ਬਲ ਬੁੱਧ ਪ੍ਰਾਪਤ ਹੋਵੇ, ਦਰ ਆਇਆ ਦੀਆਂ ਸਾਰਿਆਂ ਦੀਆਂ ਮਾਰਦੀਆਂ ਨੂੰ ਪਾਤਸ਼ਾਹ ਕਿਰਪਾ ਕਰਕੇ ਪ੍ਰਵਾਨ ਕਰਨ, ਭੁੱਲਾਂ ਦਾ ਕੀ ਸੇਵਾ ਕਰਦੇ ਰਹੀ ਹੈ ਜੀ। ਸੌ ਫਤਿਹ ਬੁਲਾ ਕੇ ਆਸਰਾ ਦੂੰਗੀ ਗੁਰੂ ਚਰਨਾਂ ਦਾ, ਵਾਹਿਗੁਰੂ ਜੀ ਕਾ ਖਾਲਸਾ। ਕਾ